ਗੁਰਾਇਆ ਵਿਖੇ ਹਲਕਾ ਫਲੋਰ ਤੋਂ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਬਸਪਾ ਤੇ ਅਕਾਲੀ ਵਰਕਰ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਏ। ਇਸ ਮੌਕੇ ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਵਾਅਦਾ ਖੋਖਲਾ ਹੀ ਸਾਬਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਬਿਜਲੀ ਵੀ ਮਿਲਦੀ ਸੀ ਅਤੇ ਯੂਨਿਟ ਦਾ ਵੀ 5 ਰੁਪਏ ਰੇਟ ਸੀ ਪਰ ਹੁਣ ਦੀ ਸਰਕਾਰ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਜਿਸ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਫਲੋਰ ਵੱਲੋਂ ਪਾਵਰ ਸਪਲਾਈ ਆਫਿਸ ਦੇ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਧਰਨੇ ਲਾਏ ਜਾ ਰਹੇ ਉਹਦਾ ਮੇਨ ਮਕਸਦ ਹੈ ਵੀ ਪਿਛਲੇ ਕੁਛ ਦਿਨਾਂ ਤੋਂ ਜਿਹੜਾ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਕਿਸਾਨੀ ਨੂੰ ਲੈ ਕੇ ਜਾਂ ਜਿਹੜੇ ਪਰਿਵਾਰ ਘਰਾਂ 'ਚ ਰਹਿੰਦੇ ਉਹਨਾਂ ਨੂੰ ਲੈ ਕੇ ਬੜਾ ਬੁਰਾ ਹਾਲ ਹੈ ਅਤੇ ਉਹਦੇ ਵਿੱਚ ਜਿੱਥੇ ਘਰਾਂ ਦੇ ਬਿਜਲੀ ਦੇ ਚਾਰ ਚਾਰ ਪੰਜ ਪੰਜ ਘੰਟੇ ਦੇ ਕੱਟ ਲੱਗਦੇ ਉੱਥੇ ਜਿਹੜਾ ਕਿਸਾਨਾਂ ਨੂੰ ਜੋ ਵਾਅਦਾ ਕੀਤਾ ਸੀ ਸਰਕਾਰ ਨੇ ਬਈ 8 ਘੰਟੇ ਬਿਜਲੀ ਦੇਵਾਂਗੇ ਉਹ ਵੀ ਨਹੀਂ ਆ ਰਹੇ ਔਰ ਸਭ ਤੋਂ ਮਾੜੀ ਗੱਲ ਬਈ ਪਿਛਲੀ ਗੌਰਮੈਂਟ ਦੇ ਟਾਈਮ ਦੇ ਉੱਤੇ ਜਿਹੜੀ ਬਿਜਲੀ ਵੀ ਮਿਲਦੀ ਸੀ ਅਤੇ ਯੂਨਿਟ ਦੇ ਵੀ 5 ਰੁਪਏ ਰੇਟ ਸੀ ਪਰ ਅੱਜ ਇਹ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਈ 10 ਰੁਪਏ ਰੇਟ ਲੈਂਦੇ ਆ ਅਤੇ ਬਿਜਲੀ ਵੀ ਨਹੀਂ ਦਿੰਦੇ ਉਹਦੇ ਲਈ ਅੱਜ ਜਿਹੜਾ ਇੱਥੇ ਵਿਧਾਨ ਸਭਾ ਹਲਕਾ ਫਲੋਰ ਵੱਲੋਂ ਅਸੀਂ ਇੱਥੇ ਪਾਵਰ ਸਪਲਾਈ ਦਾ ਇੱਥੇ ਆਫਿਸ ਹੈ ਇਹਨਾਂ ਦਾ ਪਾਵਰ ਕੌਮ ਦਾ ਉਹਦੇ ਸਾਹਮਣੇ ਧਰਨਾ ਦੇ ਰਹੇ ਹਾਂ ਉਹਦਾ ਮਕਸਦ ਇਹੀ ਹੈ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਹੈ ਉਹਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਚੁਣਿਆ ਕਿ ਪੰਜਾਬ ਦੀ ਜਿਹੜੀ ਕੋਈ ਵੀ ਸਮੱਸਿਆ ਉਹ ਹੱਲ ਹੋਵੇ ਪਰ ਉਹ ਜਿਹੜੀ ਸਰਕਾਰ ਹੈ ਉਹ ਉੱਥੇ ਚੰਡੀਗੜ੍ਹ ਏਸੀ ਕਮਰਿਆਂ ਦੇ ਵਿੱਚ ਬੈਠੀ ਹੈ ਔਰ ਇਲੈਕਸ਼ਨ ਦਾ ਯੀਅਰ ਚੱਲ ਰਿਹਾ ਇੱਕ ਪਾਸੇ ਤਾਂ ਵੈਸੇ ਹੀ ਕਿਸਾਨ ਜਿਹੜਾ ਉਹ ਰੁਲ ਰਿਹਾ ਹੈ ਆਪਣੇ ਹੱਕਾਂ ਨੂੰ ਲੈ ਕੇ ਅਤੇ ਦੂਜੇ ਪਾਸੇ ਇਹਨਾਂ ਨੇ ਜਿਹੜਾ ਬਿਜਲੀ ਨੂੰ ਲੈ ਕੇ ਜੋ ਇਹ ਰੁੱਖ ਅਪਣਾਇਆ ਹੈ ਮੈਂ ਸਮਝਦਾ ਬਹੁਤ ਨਿੰਦਣਯੋਗ ਹੈ ਉਹਨੂੰ ਲੈ ਕੇ ਜਿਹੜਾ ਹੈਗਾ ਅੱਜ ਪੂਰੇ ਪੰਜਾਬ ਦੇ ਲੋਕ ਤਰਾਹ ਤਰਾਹ ਕਰ ਰਹੇ ਆ ਪੰਜਾਬ ਦੇ ਲੋਕ ਸੜਕਾਂ ਦੇ ਉੱਤੇ ਬੈਠੇ ਆ ਅਤੇ ਮੈਂ ਸਰਕਾਰ ਨੂੰ ਇਹੀ ਅਪੀਲ ਕਰਦਾ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਮਸਲਾ ਉਹਨੂੰ ਹੱਲ ਕੀਤਾ ਜਾਵੇ ਤਾਂ ਕਿ ਜਿਹੜੇ ਕਿਸਾਨ ਔਰ ਜਿਹੜੇ ਘਰਾਂ ਦੇ ਵਿੱਚ ਪਰਿਵਾਰ ਬੈਠੇ ਆ ਜਿਹਨੇ ਬਜ਼ੁਰਗ ਨੇ ਬੱਚੇ ਨੇ ਜਿਹਨੇ ਬਿਜਲੀ ਜਦੋਂ ਜਾਂਦੀ ਆ ਕੱਟਣ ਤੋਂ ਬੜੇ ਪਰੇਸ਼ਾਨ ਨੇ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਹੱਲ ਹੋ ਸਕੇ ਆਖੋ ਜਿਹੜਾ ਪੈਟਰੋਲ ਵਾਲਾ ਧਰਨਾ ਜਿਹੜਾ ਲਾ ਰਹੇ ਨੇ ਅਸੀਂ ਸਮਝਦੇ ਹਾਂ ਵੀ ਜਿਹੜਾ ਉਹ ਸਰਕਾਰ ਹੈ ਪੰਜਾਬ 'ਚ ਉਹ ਕਹਿੰਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਨੂੰ ਡਰਾਮੇ ਕਰਨ ਦੀ ਬਜਾਏ ਜਿਹੜਾ ਉਹਨਾਂ ਦਾ ਆਪ ਦਾ ਟੈਕਸ ਉਹ ਘਟਾ ਦੇਣਾ ਚਾਹੀਦਾ ਉਹ ਤਾਂ ਟੈਕਸ ਆਪੇ ਹਟ ਜਾਊਗਾ ਇਹਦੇ ਲਈ ਉਹਨਾਂ ਨੂੰ ਡਰਾਮੇ ਨਹੀਂ ਕਰਨੇ ਚਾਹੀਦੇ ਸਰਕਾਰ ਕਹਿੰਦੀ ਹੈ ਕਾਂਗਰਸ ਦੀ ਅਤੇ ਕਾਂਗਰਸ ਵਾਲੇ ਜੇ ਧਰਨੇ ਲਾਉਣਗੇ ਤਾਂ ਮੈਂ ਸਮਝਦਾ ਵੀ ਸ਼ਰਮ ਹੋਣੀ ਚਾਹੀਦੀ ਹੈ ਫਿਰ ਸਰਕਾਰ ਤੋਂ ਲਾਂਭੇ ਹੋਣ ਫਿਰ ਤਾਂ ਜਿਹੜੇ ਸਰਕਾਰ 'ਚ ਹੋਣਗੇ ਆਪੇ ਕਰ ਲੈਣਗੇ ਉਹ ਆਪ ਦੇ ਹਿੱਸੇ ਦਾ ਤਾਂ ਟੈਕਸ ਕਟਾਉਣ ਉਹ ਆਪਣਾ ਤਾਂ ਕਟਾਉਂਦੇ ਨਹੀਂ ਜਿਹੜਾ ਹੈ ਇਹ ਸਰਕਾਰ ਤੋਂ ਹੀ ਤਾਂ ਇਹੀ ਮੰਗ ਕਰਦੇ ਹਾਂ ਵੀ ਜਿਹਨਾਂ ਲੋਕਾਂ ਨੇ ਇਹਨਾਂ ਨੂੰ ਗੱਦੀਆਂ 'ਤੇ ਬਿਠਾਇਆ ਜੇ ਇਹਨਾਂ ਦੇ ਇਹੀ ਹਾਲਾਤ ਰਹੇ ਤਾਂ ਲੋਕਾਂ ਨੇ ਗੱਦੀਆਂ ਤੋਂ ਲਾਉਣ ਲੱਗਿਆਂ ਨੇ ਬਹੁਤਾ ਟਾਈਮ ਨਹੀਂ ਲਾਉਣਾ ਇਹਨਾਂ ਨੂੰ ਜਿਹੜਾ ਹੈਗਾ ਇਹਨੂੰ ਸੰਜੀਦਗੀ ਨਾਲ ਸੋਚ ਵਿਚਾਰ ਕਰਕੇ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਫੈਸਲੇ ਲੈਣੇ ਚਾਹੀਦੇ। ਉੱਥੇ ਗੱਲਬਾਤ ਕਰਦੇ ਹੋਏ ਹਰਜਿੰਦਰ ਸਿੰਘ ਲੱਲੀਆ ਨੇ ਕਿਹਾ ਕਿ ਕਿਸੇ ਵੀ ਘਰ ਨੂੰ ਬਿਜਲੀ ਨਹੀਂ ਮਿਲ ਰਹੀ ਅਤੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ ਜਿਸ ਨੂੰ ਲੈ ਕੇ ਅੱਜ ਉਹ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਨੇ। ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਦਾ ਖੜਾ ਹੁੰਦਾ ਸੀ ਨਾ ਕਿ ਲੋਕਾਂ ਦੇ ਬਿਜਲੀ ਮਹਿਕਮੇ ਦੇ ਖਿਲਾਫ ਬਿੱਲ ਤਾਰਨਾ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਈਨਸ ਬਿੱਲ ਆਉਂਦਾ ਹੁੰਦਾ ਸੀ ਕਿਸਾਨ ਭਰਾਵਾਂ ਵੱਲੋਂ ਐਸੀ ਸਮਾਜ ਸਾਰਾ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜਾ ਬਿਜਲੀ ਕਰਦਾ 400 ਯੂਨਿਟ ਜਿਹੜਾ ਉਹ ਕੀਤਾ ਗਿਆ ਉਹ ਇਸ ਕਰਕੇ ਕੀਤਾ ਗਿਆ ਸਮਾਂ ਦੇਖ ਲਓ ਜੋ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਵਾਂਗੇ ਪਿੱਛੇ ਜੇ ਐਲਾਨ ਕਰ ਕੇ ਗਿਆ ਕੱਲ ਪਰਸੋਂ ਘਰਾਂ ਦੀ ਬਿਜਲੀ ਆ 24 ਘੰਟੇ ਦੀ ਸਪਲਾਈ ਜਿਹੜੀ ਆ ਚਾਲੂ ਰਹੇਗੀ ਉਹ ਬਿਲਕੁਲ ਸਿਸਟਮ ਫੇਲ ਹੋ ਚੁੱਕਾ ਹੈ ਔਰ ਕਿਸੇ ਵੀ ਘਰ ਨੂੰ ਬਿਜਲੀ ਨਹੀਂ ਮਿਲ ਰਹੀ ਰਾਤ ਨੂੰ ਦਿਨ ਨੂੰ ਦੁਪਹਿਰ ਨੂੰ ਹੁਣ ਐਲਾਨੇ ਕੱਟ ਲੱਗ ਰਹੇ ਨੇ ਟਿਊਬਵੈੱਲ ਬਿਜਲੀ ਕੋਈ ਸਮੇਂ ਸਿਰ ਪਹੁੰਚ ਨਹੀਂ ਰਹੀ ਹੁਣ ਸਮੇਂ ਲਈ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਜਾਂਦੀ ਹੈ ਜਿੱਥੇ ਕਿਤੇ ਕੋਈ ਕੰਪਲੇਂਟ ਹੁੰਦੀ ਹੈ ਉਸ ਨੂੰ ਕੋਈ ਸੰਭਾਲਣ ਨਹੀਂ ਕੋਈ ਮੁਲਾਜ਼ਮ ਨਹੀਂ ਇਸ ਕਰਕੇ ਅਸੀਂ ਅੱਜ ਬਿਜਲੀ ਘਰ ਦਾ ਸਿਆਪਾ ਕਰਨ ਵਾਸਤੇ ਔਰ ਪੰਜਾਬ ਸਰਕਾਰ ਦਾ ਸਿਆਪਾ ਕਰਨ ਵਾਸਤੇ ਇੱਥੇ ਇਕੱਤਰ ਹੋਏ ਹਾਂ ਔਰ ਚੇਤਾਵਨੀ ਵੀ ਦਿੰਦੇ ਹਾਂ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਅੰਦਰ ਬਿਜਲੀ ਨੂੰ ਠੀਕ ਨਾ ਕੀਤਾ ਕਿਸਾਨਾਂ ਨੂੰ 8 ਘੰਟੇ ਬਿਜਲੀ ਟਿਊਬਵੈੱਲਾਂ ਵਾਸਤੇ ਨਾ ਦਿੱਤੀ ਔਰ ਘਰਾਂ ਨੂੰ ਲੱਗ ਰਹੇ
ਅਣਚਾਹੇ ਕੱਟ ਬੰਦ ਨਾ ਕੀਤੇ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਸ਼ਿਕਰਾਚ ਨੂੰ ਤੇਜ਼ ਕਰਕੇ ਜਿਹੜਾ ਪੰਜਾਬ ਨੂੰ ਇਹ ਇੰਜਾਮ ਕਰ ਦਿੱਤਾ ਜਾਊਗਾ। ਅੱਜ ਵੀ ਸਾਰੇ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਉਹ ਧਰਨੇ ਦੇ ਕੇ ਰੋਡ ਬੰਦ ਕਰਕੇ ਰੋਸ ਜਿਹੜਾ ਜਤਾਇਆ ਜਾ ਰਿਹਾ ਔਰ ਜਿਹੜੀ ਇਸ ਵੇਲੇ ਏਰੀਏ ਨੂੰ ਪੱਟ ਰਹੇ ਆ ਸਾਰੇ ਆਏ ਹੋਏ ਵਰਕਰਾਂ ਦਾ ਧੰਨਵਾਦ ਵੀ ਕਰਦਾ ਔਰ ਸਰਕਾਰ ਨੂੰ ਵੀ ਚੇਤਾਵਨੀ ਦਿੰਦਾ ਕਿ ਤੁਸੀਂ ਜੋ ਵਾਅਦੇ ਲੋਕਾਂ ਨਾਲ ਕੀਤੇ ਸੀ ਉਹ ਵਾਅਦੇ ਪੂਰੇ ਕਰੋ। ਜੋ ਕਿਸਾਨਾਂ ਨਾਲ ਇਸ ਮੌਕੇ ਦੇ ਉੱਤੇ ਮਜ਼ਾਕ ਕਰ ਰਹੇ ਹੋ ਉਹ ਮਜ਼ਾਕ ਜਿਹੜਾ ਬੰਦ ਕਰੋ। ਜਿੱਦਾਂ ਅੱਜ ਵਿਰੋਧ ਧਰਨੇ ਚੱਲ ਰਹੇ ਆ ਸੂਚਨਾ ਤੋਂ ਬਿਨਾਂ ਹੀ ਕੱਟ ਦਿੰਦੇ ਆ ਦੂਸਰਾ ਕੰਮ ਇਸੇ ਤਰ੍ਹਾਂ ਜਿਹੜੀ ਤੁਹਾਡੀ ਘਰਾਂ ਦੀ ਘਰੇਲੂ ਗੈਸ ਸਮਝਦਾ ਕਿ ਉਹ ਧਰਨਾ ਨਹੀਂ ਹੈ ਉਹ ਬਹੁਤ ਵੱਡਾ ਡਰਾਮਾ ਕਰਵਾ ਰਹੇ ਆ ਜਿਹੜੇ ਇੱਥੇ ਦੇ ਕਾਂਗਰਸ ਦੇ ਆਗੂ ਆ। ਜੇ ਉਹਨਾਂ ਨੂੰ ਕੋਈ ਪੰਜਾਬੀਆਂ ਪ੍ਰਤੀ ਕੋਈ ਦਰਦ ਹੋਵੇ ਉਹਨਾਂ ਦੀ ਸਰਕਾਰ ਵੀ ਉਹਨਾਂ ਦੀ ਆ ਤੇ ਉਹ ਖੁਦ ਵੀ ਮੈਂਬਰ ਪਾਰਲੀਮੈਂਟ ਵਿੱਚ ਤੇ ਪਾਰਲੀਮੈਂਟ ਮੈਂਬਰ ਦਾ ਕੰਮ ਹੁੰਦਾ ਦਿੱਲੀ ਦੇ ਵਿੱਚ ਜੇ ਕੋਈ ਤੇਲ ਦੀ ਮਹਿੰਗਾਈ ਆ ਕੋਈ ਹੋਰ ਆ ਉਹ ਪਾਰਲੀਮੈਂਟ ਵਿੱਚ ਸੈਸ਼ਨ ਵਿੱਚ ਜਾ ਕੇ ਬੋਲੇ ਉੱਥੇ ਆਪਣੀ ਸੁਣਵਾਈ ਸੁਣਾਵੇ ਨਾ ਕਿ ਲੋਕਾਂ ਨੂੰ ਗੁੰਮਰਾਹ ਕਰੇ। ਔਰ ਮੈਂ ਦੂਜੇ ਮੌਕੇ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਸਰਕਾਰ ਦੇ ਵਿੱਚ ਹੱਥ ਹੈ ਔਰ ਬੜਾ ਉਹਨਾਂ ਦਾ ਮਾਣ ਸਨਮਾਨ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਇਸ ਮੌਕੇ ਦੇ ਉੱਤੇ ਉਹ ਕਾਂਗਰਸ ਨੂੰ ਕਹਿ ਕੇ ਜਿਹੜੀ ਲੱਗਦੀ ਡਿਊਟੀ ਆ ਪੰਜਾਬ ਸਰਕਾਰ ਲਾ ਰਹੀ ਆ ਤੇਲ ਦੇ ਉੱਤੇ ਉਹ ਪੰਜਾਬ ਸਰਕਾਰ ਤੋਂ ਬੰਦ ਕਰਵਾਉਣੀ ਚਾਹੀਦੀ ਆ। ਇਸ ਮੌਕੇ ਅਮਰਿੰਦਰ ਸਿੰਘ ਤੱਗੜ ਜਸਵੀਰ ਸਿੰਘ ਰੁੜਕਾ ਗੁਰਮੁਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਹਾਜ਼ਰ ਸਨ। ਗੁਰਾਇਆ ਤੋਂ ਅਮਿਤ ਸ਼ਰਮਾ ਦੀ ਰਿਪੋਰਟ। हमारा काम ही हमारा चैलेंज। निराश लोगों के लिए आशा की एक किरण मियां कमाल साहब 99% लोगों को 100% लाभ 10 मिनट में समाधान गारंटी के साथ। घर कारोबार में बरकत ना होना गृह कलेश जादू टोना किया किराया बीमारी में दवा का डर लगना पशु फसल नुकसान विदेश यात्रा शादी में रुकावट मनचाहा प्यार स्वतंत्र दुश्मन को तड़पता देखे संतानहीनता पति पत्नी में अनबन वशीकरण मुझ करने के माहिर जो काम किसी से ना हुआ हो तो एक बार हमें आजमा कर देखें। हमसे पहले काम करने वाले को मुंह मांगा इनाम प्यार में धोखा खाए प्रेमी प्रेमिका जरूर मिले आपका प्यार टूटने नहीं दूंगा माई प्रॉमिस मियां कमाल साहिब लुधियाना मोबाइल 9878687786।